ਨਮਸਕਾਰ ਸਰ ਮੇਰਾ ਨਾਮ ਸੰਜੀਵ ਕੁਮਾਰ ਮੋਨੋ ਟੈਂਟ ਹਾਊਸ ਬਾਡ ਨੰਬਰ 39 ਤਾਲੇ ਮਲਾ ਪ੍ਰੇਮ ਨਗਰ ਦਾ ਮੈਂ ਵਾਸੀ ਹਾਂ ਸਰ ਮੈਂ ਇਹ ਵੀਡੀਓ ਯੂਰਪ ਤੋਂ ਬਣਾ ਰਿਹਾ ਮੈਂ ਆਊਟ ਆਫ ਕੰਟਰੀ ਹਾਂ ਸਰ ਬਾਡ ਨੰਬਰ 39 ਦੇ ਵਿੱਚ ਇਸ ਵਕਤ ਬੁਖਾਰ ਅਤੇ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਾਡੇ ਲੀਡਰ ਤੇ ਐਮਸੀ ਸਾਹਿਬ ਕੁੰਭ ਕਰਨ ਦੀ ਨੀਂਦ ਸੋ ਰਹੇ ਹਨ ਮੈਂ ਬਾਡ ਨੰਬਰ ਸਮੂਹ ਬਾਡ ਨੰਬਰ 39 ਦੇ ਸਮੂਹ ਜਨਤਾ ਨੂੰ ਕਹਿਣਾ ਚਾਹੁੰਦਾ ਕਿ ਵੱਤੋ ਵੱਤ ਬੋਲੋ ਵੱਤੋ ਵੱਤ ਅੱਗੇ ਆਓ ਤਾਂ ਜੋ ਕਾਠ ਕਰੋ ਤਾਂ ਜੋ ਇਸ ਬਿਮਾਰੀ ਦੀ ਰੋਕਥਾਮ ਲਈ ਕੁਝ ਕੀਤਾ ਜਾ ਸਕੇ। ਹੋਰ ਮੈਂ ਐਮਸੀ ਸਾਹ ਨੂੰ ਵੀ ਕਹਿਣਾ ਚਾਹਾਂ ਕਿ ਚੀਨਿਆਂ ਕੇ ਤੁਸੀਂ ਫੁਕਰੀਆਂ ਮਾਰ ਚੁੱਕੇ ਤਾਂ ਨਾ ਇਲੈਕਸ਼ਨਾਂ ਦਾ ਟਾਈਮ। ਉਹ ਪੂਰੀਆਂ ਕਰੋ। ਹੋਰ ਜੇ ਮਾੜੀ-ਮੋਟੀ ਸ਼ਰਮ ਹੈ ਤਾਂ ਲੋਕਾਂ ਲਈ ਕੰਮ ਕਰੋ। ਉੰਜ ਤੇ ਹੱਥ ਜੋੜ ਕੇ ਕਹਿੰਦੇ ਹੈ ਕਿ ਮੈਂ ਬਾੜ ਨੰਬਰ 39 ਦੀ ਸੇਵਾ ਕਰਨੀ ਕੀ ਸੇਵਾ ਕਰ ਰਿਹਾ ਮੈਨੂੰ ਦੱਸੋ ਯਾਰ। ਗੰਦੇ ਪਾਣੀ ਦਾ ਮੁੱਦਾ ਸੀ। ਉਹ ਹਾਲੇ ਤੱਕ ਚੱਲ ਰਿਹਾ। ਸਿਵਰੇ ਦਾ ਮੁੱਦਾ ਸੀ ਔਰ ਲੈ ਤੱਕ ਚਾਰੇ ਇੱਕ ਨੰਬਰ ਦੇ ਫੇਲਰ ਐਮਸੀ ਹੋ ਤੁਸੀਂ ਔਰ ਬਾੜ ਨੰਬਰ 39 ਦੇ ਵਾਸੀਓ ਤੁਸੀਂ ਆਪਣੇ ਲਈ ਬੋਲਣਾ ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਬੁਖਾਰ ਕੋਈ ਨਾ ਕੋਈ ਡੇਂਗੂ ਪੀੜਦ ਬਾੜ ਨੰਬਰ 39 ਦੇ ਵਿੱਚ ਸਖਸ਼ ਗਿਆ ਔਰ ਕੋਈ ਵੀ ਲੀਡਰ ਸਾਡੀ ਸੂਧ ਨਹੀਂ ਲੈ ਰਿਹਾ ਔਰ ਮੈਂ ਆਪਣੇ ਇੱਕ ਦੂਜੀ ਪਾਰਟੀ ਦੇ ਵੀ ਨਵੇਂ ਲੀਡਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਖਾਂ ਦੇ ਕੈਂਪ ਨੂੰ ਛੱਡੋ ਅਤਾ ਮੱਲੇ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਲੋਕਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਡੇਂਗੂ ਤੇ ਬੁਖਾਰ ਦੀ ਮੈਡੀਸਨ ਅਤੇ ਉਹਦੀ ਹੈਲਪ ਦੀ ਜ਼ਰੂਰਤ ਹੈ ਉਸ ਤੇ ਕੰਮ ਕਰੋ ਬਲਕਿ ਤੁਸੀਂ ਜਿਸ ਚੀ ਦੀ ਲੋਕਾਂ ਨੂੰ ਜ਼ਰੂਰਤ ਹੈ ਉਹਨੂੰ ਨਹੀਂ ਕਰਨਦੇ ਅਤੇ ਉਲਟਾ ਉਹਦੇ ਅੱਖਾਂ ਦੇ ਕੈਂਪ ਲਗਾਏ ਜਾ ਰਹੇ ਹੋ ਔਰ ਮੇਰੀ ਨਿਊ ਚੈਨਲ ਵਾਲੇ ਭਾਈ ਨੂੰ ਅਪੀਲ ਹੈ ਕਿ ਇਹ ਵੀਡੀਓ ਨਿਊ ਨਿਊਜ਼ ਹੈ ਬੇ ਚਲਾ ਕੇ ਅਤੇ ਲੀਡਰਾਂ ਦੇ ਤਾਕਤ ਲੀਡਰਾਂ ਤੱਕ ਇਹ ਗੱਲ ਪਹੁੰਚਾਈ ਜਾ ਕਿ ਬਾੜਨਬ 39 ਦੀ ਸਥਿਤੀ ਕੀ ਹੈ ਮੈਂ ਮੇਅਰ ਸਾਹਿਬ ਨੂੰ ਵੀ ਰਿਕਵੈਸਟ ਕਰਨਾ ਚਾਹਾਂਗਾ ਪਠਾਨਕੋਟ ਦੇ ਕੀ ਬਾਂਡਾ ਦੇ ਵਿੱਚ ਆਓ ਪਤਾ ਕਰੋ ਕੱਲੇ ਐਮਸੀਆਂ ਦੇ ਕੋਲ ਨਾ ਜਾਓ ਇਹ ਝੂਠ ਬੋਲਦੇ ਐ ਇਹ ਘਰ ਬਹਿ ਕੇ ਹੀ ਸਾਰੀ ਮੱਲੇ ਦੀ ਸਥਿਤੀ ਦੱਸ ਦਿੰਦੇ ਐ ਜਿੰਨਾ ਕ ਝੂਠ ਇਹਨਾਂ ਨੇ ਵੋਟ ਇਲੈਕਸ਼ਨ ਨਾਲ ਵੇਲੇ ਬੋਲੇ ਦਾ ਹੁੰਦਾ ਉਹੀ ਤੁਹਾਡੇ ਨਾਲ ਬੋਲਦੇ ਐ ਔਰ ਬਾਂਡਾ ਦੇ ਵਿੱਚ ਆਓ ਬਾਂਡਾ ਬੰਤਾਲ ਦੀ ਸਥਿਤੀ ਇਸ ਵਕਤ ਬਹੁਤ ਮਾੜੀ ਐ ਗੰਦਾ ਪਾਣੀ ਐ ਸੀਵਰੇਜ ਬੰਦ ਐ ਇਹਦੇ ਤੇ ਕੰਮ ਕਰੋ ਆ ਕੇ ਕਿਉਂਕਿ ਐਮਸੀ ਸਾਡੇ ਸਿਰਫ ਇਲੈਕਸ਼ਨ ਜਿੱਤ ਕੇ ਤੇ ਠੇਕੇਦਾਰੀਆਂ ਕਰਦੇ ਆ ਹੋਰ ਕੁਛ ਨਹੀਂ ਇਹਨਾਂ ਨੂੰ ਚਾਹੀਦਾ ਠੇਕੇਦਾਰੀ ਇੱਕ ਕੰਪੀਟੀਸ਼ਨ ਆਜਕਲ ਇੱਕ ਬਿਜ਼ਨਸ ਐਮ ਸੀ ਦੀ ਇਲੈਕਸ਼ਨ ਜਿੱਤਣਾ 15 ਤੋਂ 20 ਲੱਖ ਲਾਓ ਅਤੇ ਉਸ ਤੋਂ ਕਈ ਗੁਣਾ ਜ਼ਿਆਦਾ ਕਮਾਓ ਜੈ ਹਿੰਦ ਜੈ ਭਾਰਤ ਮੈਂ ਨਿਊ ਚੈਨਲ ਦੇ ਭਾਈ ਨੂੰ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਨਿਊਜ਼ ਤੇ ਚਲਾਓ ਅਤੇ 12 ਨੰਬਰ 39 ਦੇ ਐਮ ਸੀ ਅਤੇ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਜਗਾਓ ਕਿਉਂਕਿ ਉਹਨਾਂ ਦੀ ਇਲੈਕਸ਼ਨ ਟਾਈਮ ਹੁੰਦੀ ਨਜ਼ਰ ਏਲ ਵਰਗੀ ਹੁੰਦੀ ਹੈ ਤੇ ਦਿਮਾਗ ਵੀ ਬੜਾ ਤੇਜ਼ ਹੁੰਦਾ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਦੀ ਨਜ਼ਰ ਵੀ ਘਟ ਜਾਂਦੀ ਹੈ ਅਤੇ ਦਿਮਾਗ ਤੋਂ ਦਿਮਾਗ ਵੀ ਦੀ ਜ਼ਾਇਦਾਸ਼ ਵੀ ਚਲੀ ਜਾਂਦੀ ਹੈ ਉਹਨਾਂ ਨੂੰ ਕੁਝ ਯਾਦ ਨਹੀਂ ਰਹਿੰਦਾ ਪਲੀਜ਼ ਬਾੜ ਨੰਬਰ 39 ਦੇ ਹਲਕੀਤੀ ਜਾਏ ਬਾੜ ਨੰਬਰ 39 ਦੇ ਵਿੱਚ ਇਸ ਵਕਤ ਡੇਂਗੋ ਤੇ ਬੁਖਾਰ ਨਾਲ ਬੁਰਾ ਹਾਲ ਹੈ ਜੈਹਨ ਜੈਵਾਰਤ ਨੂੰ ਮਸਕਾਰ